ਸਤ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਰੰਗਲਾ ਪੰਜਾਬ ਤੇ ਮੈਂ ਹਾਂ ਤੁਹਾਡਾ ਦੋਸਤ ਪ੍ਰਗਟ ਸਿੰਘ ਰੂੜਿਆਂਵਾਲੀ ਤੇ ਅੱਜ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਪੰਜਾਬ ਦੇ ਹੀਰੇ ਪੁੱਤ ਦੀਪ ਸਿੱਧੂ ਦੇ ਜੀਵਨ ਬਾਰੇ ਦੀਪ ਸਿੱਧੂ ਇੱਕ ਅਜਿਹਾ ਨਾਮ ਹੈ ਜਿਸ ਨੇ ਹਰ ਵੇਲੇ ਹੀ ਪੰਜਾਬ ਦੇ ਮੁੱਦਿਆਂ ਦੀ ਲੜਾਈ ਲੜੀ ਹੈ ਉਹਨਾਂ ਦੀ ਇਸ ਲੜਾਈ ਵਿੱਚ ਬਹੁਤ ਹੀ ਜ਼ਿਆਦਾ ਨੌਜਵਾਨਾਂ ਨੇ ਵੀ ਯੋਗਦਾਨ ਪਾਇਆ ਹੈ ਦੀਪ ਸਿੱਧੂ ਸਭ ਤੋਂ ਪਹਿਲਾਂ ਇੱਕ ਬਾਸਕਟਬਾਲ ਦੇ ਖਿਡਾਰੀ ਸਨ ਬਹੁਤ ਹੀ ਵਧੀਆ ਪਲੇਅਰ ਸਨ ਉਸ ਤੋਂ ਬਾਅਦ ਉਹਨਾਂ ਦੀ ਪਛਾਣ ਇੱਕ ਵਕੀਲ ਵਜੋਂ ਹੋਈ وکਾਲਤ ਦੇ ਨਾਲ ਨਾਲ ਉਹਨਾਂ ਨੂੰ ਮਾਡਲਿੰਗ ਦਾ ਬਹੁਤ ਜ਼ਿਆਦਾ ਸ਼ੌਂਕ ਹੋਣ ਕਰਕੇ ਉਹਨਾਂ ਨੇ ਫਿਲਮੀ ਜਗਤ ਵਿੱਚ ਵੀ ਐਂਟਰੀ ਮਾਰੀ ਉਸ ਤੋਂ ਬਾਅਦ ਉਹਨਾਂ ਨੇ ਕਿਸਾਨੀ ਸੰਘਰਸ਼ ਵਿੱਚ ਬਹੁਤ ਹੀ ਜ਼ਿਆਦਾ ਯੋਗਦਾਨ ਪਾਇਆ ਤੇ ਉਸ ਸਮੇਂ ਦੀਪ ਸਿੱਧੂ ਕਾਫੀ ਚਰਚਾ ਵਿੱਚ ਰਹੇ ਹਨ ਤਾਂ ਗੱਲਬਾਤ ਕਰਦੇ ਹਾਂ ਦੀਪ ਸਿੱਧੂ ਦੇ ਜਨਮ ਬਾਰੇ ਤਾਂ ਸੰਦੀਪ ਸਿੰਘ ਉਰਫ਼ ਦੀਪ ਸਿੱਧੂ ਦਾ ਜਨਮ 2 ਅਪ੍ਰੈਲ 1984 ਨੂੰ ਗੁਰੂਆਂ ਪੀਰਾਂ ਦੀ ਪਵਿੱਤਰ ਧਰਤੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਨੇੜਲੇ ਪਿੰਡ ਉਦੇਕਰਨ ਵਿਖੇ ਪਿਤਾ ਸਰਦਾਰ surjit singh ਦੇ ਘਰ ਹੋਇਆ। ਪਰਿਵਾਰ ਵਿੱਚ ਦੀਪ ਸਿੱਧੂ ਨੂੰ सोनू ਨਾਮ ਨਾਲ ਵੀ ਬੁਲਾਇਆ ਜਾਂਦਾ ਸੀ। ਜਦੋਂ ਦੀਪ ਸਿੱਧੂ ਬਹੁਤ ਘੱਟ ਉਮਰ 'ਚ ਸੀ ਤਾਂ ਉਸ ਦੀ ਮਾਤਾ ਦਾ ਦੇਹਾਂਤ ਹੋ ਗਿਆ। ਜਿਸ ਕਰਕੇ ਦੀਪ ਸਿੱਧੂ ਆਪਣੀ ਭੈਣ ਕੋਲ ਮਹਿਮਾ ਦਿਵਾਨਾ ਵਿਖੇ ਚਲਾ ਗਿਆ। 6ਵੀਂ ਤੋਂ 10ਵੀਂ ਤੱਕ ਦੀ ਪੜ੍ਹਾਈ ਮਹਿਮਾ ਦਿਵਾਨਾ ਦੇ ਸਕੂਲ ਵਿੱਚ ਹਾਸਲ ਕੀਤੀ। ਉਸ ਤੋਂ ਬਾਅਦ ਉਹਨਾਂ ਦਾ ਪਰਿਵਾਰ ਲੁਧਿਆਣਾ ਸ਼ਹਿਰ ਵਿਖੇ ਸ਼ਿਫਟ ਹੋ ਗਿਆ। ਦੀਪ ਸਿੱਧੂ ਨੇ ਲੁਧਿਆਣਾ ਦੇ ਸਕੂਲ ਵਿੱਚ ਪਲੱਸ 1 ਪਲੱਸ 2 ਨਾਨ ਮੈਡੀਕਲ ਨਾਲ ਕੀਤੀ ਉਸ ਤੋਂ ਬਾਅਦ ਹਾਇਰ ਐਜੂਕੇਸ਼ਨ ਦੀ ਸਟੱਡੀ ਪੂਨਾ ਵਿਖੇ ਸਿੰਬੋਸਿਸ ਲਾ ਕਾਲਜ ਵਿਖੇ ਕੀਤੀ ਵਕਾਲਤ ਦੀ ਪੜ੍ਹਾਈ ਦੇ ਨਾਲ-ਨਾਲ ਉਸ ਨੂੰ ਮੋਡਲਿੰਗ ਦਾ ਸ਼ੌਂਕ ਵੀ ਪੈ ਗਿਆ ਸੀ ਪੂਨਾ ਵਿਖੇ ਹੀ ਇੱਕ ਐਡ ਦੇ ਸ਼ੂਟ ਦੌਰਾਨ ਦੀਪ ਸਿੱਧੂ ਦੀ ਮੁਲਾਕਾਤ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸੰਨੀ ਦੇਊਰ ਨਾਲ ਹੋਈ ਉਸ ਮੁਲਾਕਾਤ ਮਗਰੋਂ ਉਹਨਾਂ ਦੀ ਦੋਸਤੀ ਬਹੁਤ ਹੀ ਵਧੀਆ ਬਣ ਗਈ ਸੀ ਚੰਗੇ ਦੋਸਤ ਬਨਣ ਤੋਂ ਮਗਰੋਂ ਦੀਪ ਸਿੱਧੂ ਦਿਓਲ ਪਰਿਵਾਰ ਦਾ ਲੀਗਲ ਐਡਵਾਈਜ਼ਰ ਵੀ ਰਿਹਾ ਹੈ ਲੀਗਲ ਐਡਵਾਈਜ਼ਰ ਹੋਣ ਦੇ ਨਾਲ ਨਾਲ ਉਸ ਦਾ ਐਕਟਿੰਗ ਦਾ ਸ਼ੌਂਕ ਬਹੁਤ ਹੀ ਜ਼ਿਆਦਾ ਵੱਧ ਚੁੱਕਿਆ ਸੀ ਤਾਂ ਉਸ ਮਗਰੋਂ ਫਿਲਮੀ ਸਫ਼ਰ ਦੀ ਸ਼ੁਰੂਆਤ ਦੀਪ ਸਿੱਧੂ ਨੇ 2015 ਵਿੱਚ ਰਮਤਾ ਜੋਗੀ ਫਿਲਮ ਤੋਂ ਕੀਤੀ ਸੀ ਇਸ ਫਿਲਮ ਤੋਂ ਬਾਅਦ ਦੀਪ ਸਿੱਧੂ ਦੀ ਵੱਖਰੀ ਪਛਾਣ ਬਣ ਗਈ ਸੀ ਪਰ ਜਦੋਂ ਸਨ 2017 ਵਿੱਚ ਜੋਰਾ 10 ਨੰਬਰੀਆ ਫਿਲਮ ਰਿਲੀਜ਼ ਹੋਈ ਤਾਂ ਦੀਪ ਸਿੱਧੂ ਦਾ ਨਾਮ ਬਹੁਤ ਹੀ ਬੁਲੰਧੀਆਂ ਹਾਸਲ ਕਰ ਚੁੱਕਿਆ ਸੀ ਹਰ ਇੱਕ ਪੰਜਾਬੀ ਦੀ ਦਿਲ ਦੀ ਧੜਕਣ ਬਣ ਚੁੱਕਿਆ ਸੀ ਦੀਪ ਸਿੱਧੂ ਜੋਰਾ 10 ਨੰਬਰੀਆ ਤੋਂ ਬਾਅਦ ਉਸ ਦੀ ਜੋਰਾ ਦਾ ਸੈਕਿੰਡ ਚੈਪਟਰ ਫਿਲਮ ਆਈ ਜੈਸ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਇਸ ਦੇ ਨਾਲ ਨਾਲ ਤੁਹਾਨੂੰ ਦੱਸ ਦਈਏ ਕਿ ਦੀਪ ਸਿੱਧੂ ਦੀ ਰੰਗ ਪੰਜਾਬ ਦੇ ਫਿਲਮ ਨੂੰ ਵੀ ਭਰਵਾਂ ਹੁੰਗਾਰਾ ਮਿਲਿਆ ਸੀ 2019 ਵਿੱਚ ਲੋਕ ਸਭਾ ਚੋਣਾਂ ਦੌਰਾਨ ਦੀਪ ਸਿੱਧੂ ਨੇ ਸਨੀ ਦੇਵਾਲ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਸਨੀ ਦੇਵਾਲ ਭਾਜਪਾ ਤੋਂ ਉਮੀਦਵਾਰ ਸਨ ਤੇ ਉਸ ਵਕਤ ਸਨੀ ਦੇਵਾਲ ਦੀ ਜਿੱਤ ਵੀ ਹੋਈ ਸੀ ਦੀਪ ਸਿੱਧੂ ਦੇ ਪਿੰਡ ਉਦੇਕਰਨ ਦੇ ਵਸੀਆਂ ਦਾ ਕਹਿਣਾ ਹੈ ਕਿ ਦੀਪ ਸਿੱਧੂ ਇੱਕ ਜਜ਼ਬਾਤੀ ਕਿਸਮ ਦਾ ਇਨਸਾਨ ਸੀ ਜੋ ਕਿ ਯਾਰਾਂ ਦਾ ਯਾਰ ਸੀ ਕਿ ਜਦੋਂ ਵੀ ਉਹ ਪਿੰਡ ਵਿੱਚ ਆਉਂਦਾ ਸੀ ਤਾਂ ਅਕਸਰ ਉਹ ਹਰ ਇੱਕ ਨੂੰ ਮਿਲ ਕੇ ਹੀ ਜਾਂਦਾ ਸੀ ਉਸ ਦੀ ਬੋਲ ਚਾਲ ਬਹੁਤ ਹੀ ਵਧੀਆ ਸੀ ਉਹਨਾਂ ਦੱਸਿਆ ਕਿ ਦੀਪ ਸਿੱਧੂ ਨੂੰ ਜਿੰਮ ਲਾਉਣ ਦਾ ਬਹੁਤ ਸ਼ੌਂਕ ਸੀ ਉਹ ਜਦੋਂ ਵੀ ਕਦੇ ਰਾਤ ਨੂੰ ਵੀ ਉੱਠ ਕੇ ਜਿੰਮ ਲਾਉਣ ਲੱਗ ਜਾਂਦੇ ਸੀ ਇਸ ਤੋਂ ਇਲਾਵਾ ਜੇਕਰ ਗੱਲ ਕਰੀਏ ਤਾਂ ਕਿਸਾਨੀ ਸੰਘਰਸ਼ ਵਿੱਚ ਵੀ ਦੀਪ ਸਿੱਧੂ ਨੇ ਬਹੁਤ ਜ਼ਿਆਦਾ ਯੋਗਦਾਨ ਪਾਇਆ ਸੀ ਅਤੇ ਵਧੇਰੇ ਗਿਣਤੀ ਵਿੱਚ ਨੌਜਵਾਨਾਂ ਨੂੰ ਕਿਸਾਨੀ ਸੰਘਰਸ਼ ਵਿੱਚ ਸ਼ਾਮਿਲ ਹੋਣ ਲਈ ਪ੍ਰੇਰਿਤ ਵੀ ਕੀਤਾ ਸੀ ਤੇ ਉਹਨਾਂ ਦੇ ਕਹਿਣ ਤੇ ਬਹੁਤ ਹੀ ਜ਼ਿਆਦਾ ਨੌਜਵਾਨ ਉਸ ਸੰਘਰਸ਼ ਵਿੱਚ ਸ਼ਾਮਿਲ ਵੀ ਹੋਏ ਸਨ ਕਿਸਾਨੀ ਸੰਘਰਸ਼ ਦੌਰਾਨ ਦੀਪ ਸਿੱਧੂ ਦਾ ਨਾਂ ਇੱਕ ਬਹੁਤ ਚਰਚਾ ਦਾ ਵਿਸ਼ਾ ਵੀ ਬਣਿਆ ਹੋਇਆ ਸੀ ਤੇ ਜੇਕਰ ਹੁਣ ਦੀ ਗੱਲ ਕਰੀਏ ਤਾਂ ਦੀਪ ਸਿੱਧੂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਹੱਕ ਵਿੱਚ ਪ੍ਰਚਾਰ ਵੀ ਕਰ ਰਹੇ ਸਨ ਪਰ ਉਹ ਕੜੀ ਕੁ ਲੈਣੀ ਸੀ ਜਦੋਂ 15 ਫਰਵਰੀ 2022 ਨੂੰ ਦੀਪ ਸਿੱਧੂ ਦਾ ਇੱਕ ਸੜਕ ਹਾਦਸੇ ਵਿੱਚ ਦਿਹਾਂਤ ਹੋ ਜਾਂਦਾ ਹੈ ਸਿੱਧੂ ਹੱਕ ਸੱਚ ਦੀ ਲੜਾਈ ਲੜਨ ਵਾਲਾ ਸੂਰਮਾ ਸੀ ਸ਼ਾਇਦ ਇਹੀ ਕਾਰਨ ਹੈ ਕਿ ਦੀਪ ਸਿੱਧੂ ਦੇ ਦਿਹਾਂਤ ਹੋਣ ਤੇ ਪੰਜਾਬ ਦੀ ਹਰ ਇੱਕ ਰੂਹ ਨੂੰ ਸਦਮਾ ਲੱਗਿਆ ਹੈ ਪੰਜਾਬ ਦੇ ਹਰ ਇੱਕ ਨੌਜਵਾਨ ਬੱਚੇ ਬਜ਼ੁਰਗ ਹਰ ਇੱਕ ਇਨਸਾਨ ਨੇ ਉਸ ਦੀ ਦੁੱਖ ਦਾ ਪ੍ਰਗਟਾਵਾ ਕੀਤਾ।